ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੁਹਾਡੇ ਵਾਸਤੇ ਵਿਸ਼ੇਸ਼ ਤੌਰ ਤੇ ਇੱਕ ਬਹੁਤ ਵਧੀਆ ਪ੍ਰੋਜੈਕਟ ਲੈ ਕੇ ਆਇਆ, ਪੰਜਾਬ ਐਗਰੀ ਬਿਜ਼ਨਸ ਇਨਕੂਬੇਸ਼ਨ ਸੈਂਟਰ। ਔਰ ਇਹਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਪੰਜਾਬ ਦੇ ਨੌਜਵਾਨ ਸਿੱਖਿਆਰਥੀ ਔਰ ਜੋ ਵੱਖ ਵੱਖ ਕਲਾਸਾਂ ਪੜ੍ਹਨ ਤੋਂ ਬਾਅਦ ਆਪਣਾ ਹੋਰ ਅੱਗੇ ਸਟੱਡੀ ਨਹੀਂ ਕਰ ਰਹੇ ਜਾਂ ਸਟੱਡੀ ਕਰ ਰਹੇ ਹਨ, ਉਹ ਸਾਡੇ ਕੋਲ ਪੰਜਾਬ ਐਗਰੀ ਬਿਜ਼ਨਸ ਇਨਕੂਬੇਸ਼ਨ ਸੈਂਟਰ ਦੇ ਵਿੱਚ ਆ ਕੇ, ਔਰ ਅਸੀਂ ਇੱਕ ਵਿਸ਼ੇਸ਼ ਤੌਰ 'ਤੇ ਦੋ ਪ੍ਰੋਗਰਾਮ ਜਿਹੜੇ ਨੇ ਇਹਦੇ ਵਿੱਚ ਚਲਾ ਰਹੇ ਹਾਂ। ਇੱਕ ਹੈਗਾ ਆਈਡੀਆ ਪ੍ਰੋਗਰਾਮ, ਦੂਸਰਾ ਹੈਗਾ ਉਡਾਨ। ਕਹਿਣ ਦਾ ਭਾਵ ਕਿ ਉੱਦਮ ਐਂਡ ਉਡਾਨ। ਔਰ ਉੱਦਮ ਜਿਹੜਾ ਹੈ ਉਹਦੇ ਵਿੱਚ ਅਸੀਂ ਵਿਸ਼ੇਸ਼ ਤੌਰ 'ਤੇ 5 ਲੱਖ ਰੁਪਇਆ ਔਰ ਉਡਾਨ ਦੇ ਵਿੱਚ ਅਸੀਂ 25 ਲੱਖ ਰੁਪਏ ਤੱਕ ਦੀ ਜਿਹੜੀ ਮਾਲੀ ਸਹਾਇਤਾ ਉਹ ਉਸ ਐਂਟਰਪ੍ਰਨਿਓਰ ਦੀ, ਉਸ ਸਿੱਖਿਆਰਥੀ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਖਲਾਈ ਦੇਣ ਤੋਂ ਬਾਅਦ ਅਸੀਂ ਕਰਵਾਉਂਦੇ ਹਾਂ। ਔਰ ਮੈਂ ਇੱਥੇ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਜੋ ਵੀ ਤੁਹਾਡੇ ਨਿਰਭਰਤਾ, ਜੋ ਤੁਹਾਡੇ ਕੋਲ ਕਾਬਿਲਤਾ ਹੈ, ਤੁਸੀਂ ਜ਼ਰੂਰ ਆਪਣੀ ਸਾਡੀ ਪੰਜਾਬ ਐਗਰੀ ਬਿਜ਼ਨਸ ਇਨਕੂਬੇਸ਼ਨ ਸੈਂਟਰ ਦੇ ਵਿੱਚ ਆ ਕੇ ਸਾਡੀ ਬਿਜ਼ਨਸ ਮੈਨੇਜਮੈਂਟ ਟੀਮ ਦੇ ਨਾਲ ਆਪਣਾ ਆਈਡੀਆ ਸ਼ੇਅਰ ਕਰੋ ਔਰ ਉਸ ਆਈਡੀਆ ਨੂੰ ਕਨਵਰਟ ਕਰਕੇ 2 ਮਹੀਨੇ ਦੀ ਟ੍ਰੇਨਿੰਗ ਅਸੀਂ ਆਪਣੇ ਕੋਲ ਤੁਹਾਡੀ ਟ੍ਰੇਨਿੰਗ ਲਗਾਵਾਂਗੇ। ਔਰ ਐਗਰੀਕਲਚਰ ਰਿਲੇਟਡ ਕੋਈ ਵੀ ਤੁਹਾਡਾ ਧੰਦਾ ਹੋਵੇ ਅਤੇ ਉਹਦੇ ਵਿੱਚ ਕੀ ਤੁਸੀਂ ਇਨੋਵੇਸ਼ਨ ਨਵੀਂ ਜਿਹੜੀ ਆ ਉਹ ਦੇ ਰਹੇ ਹੋ ਔਰ ਆਪਾਂ ਉਹਨੂੰ ਕਨਵਰਟ ਕਰਕੇ ਇਹ ਜਿਹੜੀ ਪੈਸੇ ਨੇ 5 ਲੱਖ ਜਾਂ 25 ਲੱਖ ਦੀ ਗੱਲ ਕਰਦੇ ਹਾਂ ਉਹ ਅਸੀਂ ਤੁਹਾਨੂੰ ਦਿਵਾਉਣ ਦੀ ਕੋਸ਼ਿਸ਼ ਕਰੀਏ। ਔਰ ਇਹ ਜਿਹੜੇ ਪੈਸੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਬਿਲਕੁਲ ਗ੍ਰਾਂਟ ਇਨ ਏਡ ਹੈ, ਜਿਹੜੀ ਕਿ ਤੁਸੀਂ ਇੱਕ ਵਾਰ ਲੈ ਕੇ ਉਸ ਤੋਂ ਬਾਅਦ ਆਪਣੇ ਬਿਜ਼ਨਸ ਨੂੰ ਹੋਰ ਫਲਰਸ ਕਰਨ ਦੇ ਵਿੱਚ ਤੁਹਾਡੇ 'ਚ ਸਹਾਈ ਹੋਊਗੀ, ਮਦਦ ਕਰੇਗੀ। ਔਰ ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ, ਸਾਰੇ ਸਿੱਖਿਆਰਥੀਆਂ ਨੂੰ, ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਨਵੇਂ ਨਵੇਂ ਆਈਡੀਏ ਨੇ ਉਹ ਲੈ ਕੇ ਆਓ ਔਰ ਸਾਡੇ ਨਾਲ ਰਾਬਤਾ ਕਾਇਮ ਕਰੋ, ਸੋ ਦੈਟ ਤੁਸੀਂ ਮੈਕਸੀਮਮ ਪੋਟੈਂਸ਼ੀਅਲ ਆਪਣਾ ਜਿਹੜਾ ਵਾ ਉਹਨੂੰ ਇਨਕਲਕੇਟ ਕਰ ਪਾਓ ਔਰ ਸਾਡੇ ਕੋਲੋਂ ਇਹ ਪੈਸੇ ਦੀ ਮਦਦ ਲਓ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਕ ਸਾਡੇ ਕੋਲ ਬਹੁਤ ਵਧੀਆ ਸਕਿੱਲ ਡਿਵੈਲਪਮੈਂਟ ਸੈਂਟਰ ਹੈ, ਤਾਂ ਉਹਦਾ ਮੁੱਖ ਉਦੇਸ਼ ਹੈ ਕਿ ਅਸੀਂ ਉਹਦੇ ਵਿੱਚ ਜੋ ਐਂਟਰਪ੍ਰਨਿਓਰਸ ਨੇ, ਸਟਾਰਟਅਪਸ ਨੇ, ਉਹ ਪੈਦਾ ਕਰਨੇ ਨੇ। ਕਿਉਂਕਿ ਅੱਜ ਕੱਲ੍ਹ ਇਹ ਹੈਗਾ ਕਿ ਪ੍ਰੋਡਕਸ਼ਨ ਤਾਂ ਅਸੀਂ ਬਹੁਤ ਕਰ ਰਹੇ ਹਾਂ ਪੰਜਾਬ ਦੇ ਵਿੱਚ, ਅਤੇ ਸਾਨੂੰ ਲੋੜ ਹੈ ਅੱਗੇ ਉਹਦੀ ਪ੍ਰੋਸੈਸਿੰਗ, ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ ਕਰਨ ਦੀ। ਦੂਜੇ ਪਾਸੇ ਸਾਡੇ ਪੰਜਾਬ ਦੇ ਵਿੱਚ ਆਮ ਹੀ ਗੱਲ ਹੁੰਦੀ ਹੈ ਕਿ ਨੌਕਰੀਆਂ ਨਹੀਂ ਮਿਲਦੀਆਂ, ਅਤੇ ਇਹ ਸਾਡਾ ਉਪਰਾਲਾ ਇਹ ਹੈਗਾ ਕਿ ਅਸੀਂ ਜੋਬ ਸੀਕਰਸ ਨਾ ਬਣਾਈਏ, ਅਸੀਂ ਉਹਨਾਂ ਦੇ ਜੋਬ ਕ੍ਰੀਏਟਰ ਅਤੇ ਜੋਬ ਪ੍ਰੋਵਾਈਡਰ ਬਣਾਈਏ। ਸੋ ਇਹਦੇ ਵਿੱਚ ਅਸੀਂ ਟ੍ਰੇਨਿੰਗਾਂ ਦਿੰਦੇ ਹਾਂ ਜਿਹੜੇ ਕਿ ਪ੍ਰੋਸਪੈਕਟਿਵ ਐਂਟਰਪ੍ਰਨਿਓਰ ਨੇ ਜਿਹੜਾ ਕੰਮ ਕਰਨਾ ਚਾਹੁੰਦੇ ਨੇ ਆਪਣਾ, ਜਿਹਦੇ ਵਿੱਚੋਂ ਬਾਹਰ ਤੋਂ ਵੀ ਕੈਂਡੀਡੇਟ ਆਉਂਦੇ ਨੇ, ਅਤੇ ਸਾਡੇ ਯੂਨੀਵਰਸਿਟੀ ਦੇ ਬੱਚੇ ਵੀ ਜਿਹੜੇ ਪਾਸ ਆਊਟ ਕਰਨ ਹੁੰਦੇ ਨੇ ਫਾਈਨਲ ਈਅਰ ਦੇ, ਜਿਵੇਂ BSc ਦੇ ਨੇ, ਉਹ ਵੀ ਆਉਂਦੇ ਨੇ। ਸੋ ਇਹਦੇ ਵਿੱਚ ਸਾਡੇ ਕੋਲ ਇੱਕ ਸਕੀਮ ਹੈ ਪੰਜਾਬ ਐਗਰੀ ਬਿਜ਼ਨਸ ਇਨਕੂਬੇਟਰ, ਜਿਹਨੂੰ ਅਸੀਂ ਪਾਬੀ ਕਹਿ ਦਿੰਦੇ ਹਾਂ। ਸੋ ਇਹ ਇੱਦਾਂ ਦੀ ਸਕੀਮ ਹੈ ਕਿ ਇਹਦੇ ਇਹ RKVY ਰਫਤਾਰ ਦੇ ਅੰਡਰ ਆਉਂਦਾ ਪੈਸਾ ਇਹਦੇ ਵਿੱਚ, ਅਤੇ ਇਹਦੇ ਵਿੱਚ 2 ਤਰ੍ਹਾਂ ਦੀਆਂ ਹੋਰ ਛੋਟੀਆਂ ਸਕੀਮਾਂ ਨੇ, ਇੱਕ ਨੂੰ ਤਾਂ ਅਸੀਂ ਉੱਦਮ ਕਹਿੰਦੇ ਹਾਂ ਅਤੇ ਦੂਸਰੇ ਨੂੰ ਉਡਾਨ ਕਹਿੰਦੇ ਹਾਂ। ਸੋ ਜਿਹੜੇ ਉੱਦਮ ਸਕੀਮ ਦੇ ਵਿੱਚ ਟ੍ਰੇਨਿੰਗ ਲੈ ਕੇ ਐਂਟਰਪ੍ਰਨਿਓਰ ਬਣਦੇ ਨੇ, ਅਤੇ ਉਹਨਾਂ ਨੂੰ
ਕੋਈ 5 ਲੱਖ ਦੀ ਜਿਹੜੀ ਅਸੀਂ ਗ੍ਰਾਂਟ ਹੈ ਉਹ ਵਾਪਸ ਪੈਸਾ ਵਾਪਸ ਨਹੀਂ ਕਰਨਾ, ਉਹ ਉਹਨਾਂ ਨੇ ਗ੍ਰਾਂਟ ਲੈਣੀ ਹੈ, ਉਹਦੇ ਨਾਲ ਆਪਣਾ ਕੰਮ ਸ਼ੁਰੂ ਕਰਨਾ, ਉਹ ਮੋੜਨਾ ਨਹੀਂ ਹੈਗਾ। ਅਤੇ ਜਿਹੜੇ ਹੋਰ ਵੱਡਾ ਕੰਮ ਕਰਨਾ ਚਾਹੁੰਦੇ ਨੇ ਇਸ ਤੋਂ ਬਾਅਦ, ਅਤੇ ਉਹ ਸਕੀਮ ਹੈ ਉਡਾਨ, ਜਿਹਦੇ 'ਚ 25 ਲੱਖ ਤੱਕ ਅਸੀਂ ਉਹ ਗ੍ਰਾਂਟ ਜਿਹੜੀ ਹੈ ਉਹਦੇ ਉਸ ਸਕੀਮ ਦੇ ਵਿੱਚੋਂ ਦਿੰਦੇ ਹਾਂ। ਸੋ ਇਹ ਬਹੁਤ ਵੱਡਾ ਸਪੋਰਟ ਹੈ। ਪਹਿਲਾਂ ਤਾਂ ਉਹ ਟ੍ਰੇਨਿੰਗ ਲੈਣੇ ਥੋਰੈਟੀਕਲ, ਸਾਡੇ ਕੋਲ ਸਕਿੱਲ ਡਿਵੈਲਪਮੈਂਟ ਸੈਂਟਰ ਹੈ 3 ਦਿਨ ਦੀ, 4 ਦਿਨ ਦੀ, 5 ਦਿਨ ਦੀ। ਉਸ ਤੋਂ ਬਾਅਦ ਸਾਡੇ ਕੋਲ ਇੱਕ ਇੱਥੇ ਇੰਕੂਬੇਸ਼ਨ ਸੈਂਟਰ ਹੈ, ਫੂਡ ਇੰਡਸਟਰੀ ਸੈਂਟਰ ਹੈ। ਅਤੇ ਜੇ ਅਸੀਂ ਉਹਨੂੰ ਟ੍ਰੇਨਿੰਗ ਦਿੱਤੀ ਹੈ ਕਿ ਜਿਹੜਾ ਫੂਡ ਹੈ ਉਦੋਂ ਕਿੱਦਾਂ ਦੇ ਪ੍ਰੋਡਕਟ ਬਣਨਗੇ, ਐਗਰੀਕਲਚਰ ਵਿੱਚੋਂ ਕਿੱਦਾਂ ਦੇ ਪ੍ਰੋਡਕਟ ਬਣਨਗੇ, ਉਹ ਜਿਹੜਾ ਇੰਕੂਬੇਸ਼ਨ ਸੈਂਟਰ ਹੈ ਉਹਦਾ ਮਤਲਬ ਇਹ ਹੈ ਟ੍ਰੇਨਿੰਗ ਤੋਂ ਬਾਅਦ ਉਹਦਾ ਥਰੈਟੀਕਲ ਟ੍ਰੇਨਿੰਗ ਹੈ, ਉੱਥੇ ਜਾ ਕੇ ਉਹ ਕੈਂਡੀਡੇਟ ਜਿਹੜਾ ਹੈ ਉਹਨੂੰ ਕਹਿੰਦੇ ਕਿ ਤੂੰ ਆਪਣਾ ਪ੍ਰੋਡਕਟ ਜਿਹੜਾ ਹੈ ਪ੍ਰੋਡਕਟ ਆਪ ਬਣਾ ਕੇ ਦੇਖ, ਉਹ ਤਾਂ ਤੈਨੂੰ ਥਰੈਟੀਕਲ ਟ੍ਰੇਨਿੰਗ ਦਿੱਤੀ ਸੀ, ਇੱਥੇ ਤੂੰ ਪ੍ਰੈਕਟੀਕਲ ਕਰ, ਤੂੰ ਮਟੀਰੀਅਲ ਵੀ ਲਿਆ, ਮਸ਼ੀਨਾਂ ਸਾਡੇ ਕੋਲ ਹੈਗੀਆਂ, ਸਾਇੰਟਿਸਟ ਤੁਹਾਨੂੰ ਹੈਲਪ ਕਰਨਗੇ ਕਿਵੇਂ ਪ੍ਰੋਡਕਟ ਬਣਾਉਣਾ, ਇਹ ਪ੍ਰੋਡਕਟ ਬਣਾ ਕੇ ਦੇਖ ਲੈ। ਸੋ ਇੱਕ ਤਾਂ ਇਹ ਚੀਜ਼ ਹੈ, ਉਹ ਫਿਰ ਜਦੋਂ ਇਹ ਚੀਜ਼ ਕਰਦਾ ਹੈ ਉਹਦਾ ਇੱਕ ਹੱਥ ਖੁੱਲ੍ਹ ਜਾਂਦਾ, ਕੌਨਫੀਡੈਂਸ ਆ ਜਾਂਦਾ ਕਿ ਹਾਂ ਹੁਣ ਮੈਂ ਕਰ ਸਕਦਾ ਇਹਨੂੰ। ਉਹ ਬਹੁਤ ਵੱਡੀ ਇੱਕ ਹੈਲਪ ਹੈ ਇੱਥੇ ਇੰਕੂਬੇਸ਼ਨ ਸੈਂਟਰ ਨੂੰ, ਜਿਹਨੂੰ ਅਸੀਂ ਕਹਿੰਦੇ ਫੂਡ ਇੰਡਸਟਰੀ ਸੈਂਟਰ। ਅਤੇ ਜਦੋਂ ਉਹ ਕਰ ਜਾਂਦਾ ਹੈ ਅਤੇ ਫਿਰ ਇਹ ਜਿਹੜਾ 5 ਲੱਖ 25 ਲੱਖ ਉਹਦੀ ਸਪੋਰਟ ਦਿੰਦੇ ਹਾਂ ਕਿ ਹੁਣ ਤੂੰ ਆਪਣਾ ਜਾ ਕੇ ਜਿੱਥੇ ਚਾਹਵੇਂ ਅਤੇ ਆਪਣਾ ਸੈਟਅਪ ਲਾ ਲੈ, ਆਪਣਾ ਕੰਮ ਸ਼ੁਰੂ ਕਰ ਲੈ। ਸੋ ਹੁਣ ਤੱਕ ਤਕਰੀਬਨ ਅਸੀਂ PAU ਦੇ ਜਿਹੜਾ ਇਹ ਸਾਡੀ ਭਾਬੀ ਹੈ ਇਹਦੇ 'ਚੋਂ 80 ਦੇ ਲਗਭਗ ਅਸੀਂ ਐਂਟਰਪ੍ਰਨਿਓਰ ਜਾਂ ਸਟਾਰਟਅਪਸ ਪੈਦਾ ਕੀਤੇ ਨੇ। ਸੋ ਉਹਨਾਂ ਨੂੰ ਇਹ ਗ੍ਰਾਂਟ ਅਸੀਂ ਮੁਹੱਈਆ ਕਰਾ ਰਹੇ ਹਾਂ ਅਤੇ ਉਹਨਾਂ ਨੇ ਉਹ ਇੰਨਾ ਅੱਛਾ ਕੰਮ ਕੀਤਾ ਆਪਣਾ ਜਾ ਕੇ, ਅਤੇ ਤਕਰੀਬਨ 21 ਜਿਹੜੇ ਲੋਕ ਨੇ ਕੈਂਡੀਡੇਟਸ ਨੇ ਜਾਂ ਸਟਾਰਟਅਪਸ ਨੇ ਉਹਨਾਂ ਨੇ ਪੇਟੈਂਟ ਵੀ ਲੈ ਲਏ ਨੇ, ਬਹੁਤ ਜਲਦੀ ਪੇਟੈਂਟ ਲਏ ਨੇ, ਹੋਰ ਫਾਈਲ ਕਰ ਰਹੇ ਨੇ। ਸੋ ਕਿਉਂਕਿ ਉਹ ਕੰਮ ਜਿਹੜਾ ਹੈਗਾ ਇਨੋਵੇਸ਼ਨ ਹੈ, ਨਵੀਆਂ ਚੀਜ਼ਾਂ ਨੇ, ਜਦੋਂ ਇਨੋਵੇਸ਼ਨ ਹੁੰਦੀ ਉਹਦੇ 'ਚ ਪੇਟੈਂਟ ਬਹੁਤ ਜਲਦੀ ਮਿਲ ਜਾਂਦਾ। ਸੋ ਇਹ PAU ਵੱਲੋਂ ਉਪਰਾਲਾ। ਸੋ ਇਹ ਤਕਰੀਬਨ ਜਿਹੜੀ ਟ੍ਰੇਨਿੰਗ ਹੁੰਦੀ ਹੈ ਇਹਦੇ ਬੈਨੀਫਿਟਸ ਨੇ ਕਿ 8 ਹਫ਼ਤਿਆਂ ਦੀ ਟ੍ਰੇਨਿੰਗ ਪ੍ਰੋਗਰਾਮ ਹੁੰਦਾ, ਅਤੇ ਉਸ ਤੋਂ ਬਾਅਦ ਇੱਕ ਮੈਂਟਰਸ਼ਿਪ ਹੈਗੀ, ਉਹਨੂੰ ਹੈਂਡ ਹੋਲਡਿੰਗ ਅਸੀਂ ਕਰਦੇ ਹਾਂ ਅਤੇ ਅੱਗੇ ਕਿਵੇਂ ਚੱਲਣਾ, ਅਤੇ ਨਾਲ ਨਾਲ ਉਹਦੀ ਜਿਹੜੀ ਟੈਕਨੀਕਲ ਐਂਡ ਬਿਜ਼ਨਸ ਸਪੋਰਟ, ਟੈਕਨੀਕਲ ਤਾਂ ਹੋ ਗਈ ਪ੍ਰੋਡਕਟ ਕਿਵੇਂ ਬਣਾਉਣਾ, ਬਿਜ਼ਨਸ ਸਪੋਰਟ ਹੈ ਜਦੋਂ ਪ੍ਰੋਡਕਟ ਬਣ ਗਿਆ ਉਹਨੂੰ ਮਾਰਕੀਟ 'ਚ ਲੈ ਕੇ ਜਾਣਾ, ਅਤੇ ਉੱਥੇ ਆਉਂਦਾ ਬਿਜ਼ਨਸ ਦਾ ਰੋਲ, ਉਹਦੀ ਮਾਰਕੀਟਿੰਗ ਕਿਵੇਂ ਕਰਨੀ ਹੈ। ਸੋ ਸਾਡੇ ਕੋਲ ਫਿਰ ਜਿਹੜੇ ਟੀਚਰ ਨੇ ਸਾਇੰਟਿਸਟ ਨੇ ਦੱਸਦੇ ਕਿ ਇਹਦੀ ਜਿਹੜੀ ਕਿੱਦਾਂ ਦਾ ਜਿਹੜੀ ਉਹਦੀ ਡੱਬਾ ਬੰਦ ਹੋਏਗਾ, ਕਿੱਦਾਂ ਦੀ ਉਹਦੀ ਬੋਟਲਿੰਗ ਹੋਏਗੀ, ਉਹਦੇ ਉੱਤੇ ਜਿਹੜਾ ਆਪਾਂ ਮਾਰਕਾ ਲਾਉਣਾ ਹੈ ਅਤੇ ਉਹ ਕਿੱਦਾਂ ਦਾ ਬਣਾਉਣਾ, ਤੁਸੀਂ ਲੋਗੋ ਜਿਹੜਾ ਆਪਾਂ ਲਾਉਂਦੇ ਹਾਂ ਅਤੇ ਕਿਵੇਂ ਅੱਗੇ ਉਹਨੂੰ ਮਾਰਕੀਟ ਕਰਨਾ ਵਿਦ ਇਨ ਇੰਡੀਆ। ਹੁਣ ਕੁਛ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਉਹ ਇੰਟਰਨੈਸ਼ਨਲ ਲੈਵਲ 'ਤੇ ਜਾਵੇ। ਸੋ ਅਸੀਂ ਸ਼ੁਰੂ ਤੋਂ ਹੀ ਹੈਂਡ ਹੋਲਡਿੰਗ ਕਰਦੇ ਹਾਂ, ਪਹਿਲਾਂ ਟ੍ਰੇਨਿੰਗ ਦਿੰਦੇ ਹਾਂ, ਫਿਰ ਉਹਨੂੰ ਕਹਿੰਦੇ ਆਪਣਾ ਪ੍ਰੋਡਕਟ ਬਣਾ ਕੇ ਦੇਖ, ਜਦੋਂ ਪ੍ਰੋਡਕਟ ਬਣ ਜਾਂਦਾ ਅਤੇ ਫਿਰ ਉਹਨੂੰ ਕਿ ਇਹਨੂੰ ਵੇਚਣਾ ਕਿਵੇਂ ਹੈ। ਸੋ ਉਹ ਜਿਹੜਾ ਮਾਰਕਾ ਬਣਾਉਣਾ ਤੁਸੀਂ ਆਪਣਾ, ਉਹ ਦੱਸਦੇ ਕਿੱਦਾਂ ਦਾ ਮਾਰਕਾ ਤੁਹਾਡਾ ਲੱਗੇਗਾ, ਕਿੱਦਾਂ ਦਾ ਲੋਗੋ ਲੱਗੇਗਾ, ਕਿੱਦਾਂ ਦਾ ਪੈਕਿੰਗ ਹੋਣੀ ਚਾਹੀਦੀ ਹੈ, ਅਤੇ ਉਹ ਸਾਰਾ ਕੰਮ ਅਸੀਂ ਕਰਾਉਂਦੇ ਹਾਂ। ਉਸ ਤੋਂ ਬਾਅਦ ਆਪਣੇ ਕੰਮ ਸ਼ੁਰੂ ਕਰ ਲੈਂਦੇ ਨੇ। ਸੋ ਇਹ ਬਹੁਤ ਅੱਛਾ ਮਤਲਬ ਇੱਕ ਚੀਜ਼ ਹੈਗੀ PAU ਵੱਲੋਂ ਜੋ ਸ਼ੁਰੂ ਕੀਤਾ ਕਿ ਅੱਜ ਕੱਲ੍ਹ ਜਿਹੜਾ ਜ਼ਮਾਨਾ ਉਹ ਸਕਿੱਲ ਦਾ ਆ ਗਿਆ। ਸੋ ਇਹਦੇ ਨਾਲ ਅਸੀਂ ਸਕਿੱਲ ਇੰਪਾਰਟ ਕਰਦੇ ਹਾਂ ਅਤੇ ਤਾਂ ਕਿ ਉਹ ਜੋਬਸ ਨਾ ਲੱਭਣ, ਸਗੋਂ ਜੋਬ ਕ੍ਰੀਏਟ ਕਰਨ ਅਤੇ ਹੋਰ ਲੋਕਾਂ ਨੂੰ ਅੱਗੇ ਆਪਣੇ ਕੰਮ ਦੇ ਵਿੱਚ ਨੌਕਰੀਆਂ ਦੇ ਦੇਣ।